15 ਅਗਸਤ ਦਾ ਦਿਨ ਨੇੜੇ ਆ ਰਿਹਾ ਹੈ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦੇ ਚਲਦੇ ਦੇਸ਼ ਭਰ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਪਰ ਜੇਕਰ ਗੱਲ ਸਰਹੱਦੀ ਜ਼ਿਲ੍ਹੇ ਪਠਾਨਕੋਟ ਦੀ ਕਰੀਏ ਤਾਂ ਜੰਮੂ ਕਸ਼ਮੀਰ ਦੇ ਨਾਲ ਲੱਗਦੀ ਸਰਹੱਦ ਤੇ ਸੁਰੱਖਿਆ ਰਾਮ ਭਰੋਸੇ ਹੀ ਦਿਸਦੀ ਹੈ। ਆਜ਼ਾਦੀ ਦਿਹਾੜੇ ਨੂੰ ਲੈ ਕੇ ਜਦ ਨਿਊਜ਼ ਨੰਬਰ ਦੀ ਟੀਮ ਨੇ ਮਾਧੋਪੁਰ ਨਾਕੇ ਦਾ ਦੌਰਾ ਕੀਤਾ ਤਾਂ ਕੋਈ ਵੀ ਮੁਲਾਜ਼ਮ ਨਾਕੇ ਤੇ ਮੌਜੂਦ ਨਹੀਂ ਸੀ। ਪਰ ਜਦੋਂ ਮੁਲਾਜ਼ਮਾਂ ਦੀ ਨਜ਼ਰ ਨਿਊਜ਼ ਨੰਬਰ ਦੀ ਟੀਮ ਤੇ ਪਈ ਤਾਂ ਨਾਕਾ ਅਲਰਟ ਹੋ ਗਿਆ ਅਤੇ ਹਰੇਕ ਗੱਡੀ ਦੀ ਬਾਰੀਕੀ ਨਾਲ ਚੈਕਿੰਗ ਸ਼ੁਰੂ ਹੋ ਗਈ, ਜੋ ਕਿਤੇ ਨਾ ਕਿਤੇ ਨਾਕੇ ਤੇ ਮੌਜੂਦ ਮੁਲਾਜ਼ਮਾਂ ਦੀ ਅਣਗਹਿਲੀ ਨੂੰ ਜ਼ਾਹਿਰ ਕਰਦੀ ਹੈ। ਸੁਰੱਖਿਆ ਪ੍ਰਬੰਧਾਂ ਦੀ ਜ਼ਮੀਨੀ ਹਕੀਕਤ ਜਾਣਨ ਲਈ ਨਿਕਲੀ ਨਿਊਜ਼ ਨੰਬਰ ਦੀ ਟੀਮ ਨੇ ਜਦ ਇਸ ਬਾਰੇ ਨਾਕੇ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਨਾਕਾ 24 ਘੰਟੇ ਦਾ ਹੈ ਅਤੇ ਆਜ਼ਾਦੀ ਦਿਹਾੜਾ ਨੇੜੇ ਆਉਂਦੇ ਵੇਖ ਕੇ ਨਾਕੇ ਤੇ ਹਰੇਕ ਗੱਡੀ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਜੇਕਰ ਕਿਸੇ ਸ਼ਖਸ ਤੇ ਸ਼ੱਕ ਹੁੰਦਾ ਹੈ ਤਾਂ ਉਸ ਕੋਲੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ। ਇਸ ਮੌਕੇ ਜਦ ਮੁਲਾਜ਼ਮਾਂ ਦੀ ਅਣਗਹਿਲੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੁਲਾਜ਼ਮ ਰੋਟੀ ਖਾਣ ਲਈ ਗਏ ਹੋਏ ਸਨ। ਇਹ ਨਾਕਾ ਸਾਡੇ ਮਾਧੋਪੁਰ ਲੱਗਾ ਦਾ ਜੰਮੂ ਸਟੇਟ ਨਾਲ ਲੱਗਦੀ ਆ ਅਤੇ ਇਹ ਅਸੀਂ ਇਸ ਕਰਕੇ 15 ਅਗਸਤ ਦਾ ਦਿਨ ਲਾਗੇ ਆ ਰਿਹਾ, ਉਹਦੇ ਕਰਕੇ ਅਸੀਂ ਚੈਕਿੰਗ ਕਰਦੇ ਹਾਂ ਕਿ ਕੋਈ ਵੀ ਇਤਰਾਜ਼ਯੋਗ ਚੀਜ਼ ਜਾਂ ਕੋਈ ਅਸਲਾ ਵਗੈਰਾ ਜਾਂ ਕੋਈ ਹੋਰ ਚੀਜ਼ ਹੈ ਨਾ ਇੱਥੇ ਲੈ ਕੇ ਕੋਈ ਇੰਟਰ ਕਰ ਜਾਣ। ਬਾਕੀ ਇਹ ਗੱਡੀਆਂ ਦੀ ਪ੍ਰੋਪਰ ਚੈਕਿੰਗ ਕਰੀਦਾ, ਜਿਹੜੇ ਕੋਈ ਬੰਦਿਆਂ 'ਤੇ ਸਾਨੂੰ ਸ਼ੱਕ ਹੁੰਦਾ ਉਹਨਾਂ ਨੂੰ ਬਾਹਰ ਕੱਢੀਦਾ, ਉਹਨਾਂ ਨੂੰ ਚੰਗੀ ਤਰ੍ਹਾਂ ਪ੍ਰੋਪਰ ਉਹਨਾਂ ਦੀ ਚੈਕਿੰਗ ਕਰੀਦੀ ਆ। ਨਾਕਾ ਤਾਂ ਇਹ ਆ ਵੀ 24 ਘੰਟੇ ਲੱਗਦਾ ਹੈ ਨਾਕਾ। ਹਾਂ ਹਾਂ ਹਾਂ, ਔਰ ਕੈਮਰੇ ਸਾਡੇ ਲੱਗੇ ਨੇ, ਉਹ ਲਖਨਪੁਰ ਦਾ ਵੀ ਸਾਨੂੰ ਦੱਸਦੇ ਨੇ ਵੀ ਉੱਥੇ ਜਿਹੜਾ ਨਾ ਉੱਥੋਂ ਵੀ ਸਾਨੂੰ ਫੋਟੋ ਆ ਜਾਂਦੀ ਆ। ਨਹੀਂ ਮੁਲਾਜ਼ਮ ਤਾਂ ਇੱਥੇ ਹੀ ਆ, ਸਾਰੇ ਇਕੱਠੇ ਪਏ ਆ ਰੋਟੀ ਖਾਣ ਡੇ ਸੀ ਮੁਲਾਜ਼ਮਾਂ, ਕੋਈ ਚਾਹ ਪੀ ਲੈਂਦਾ ਕਈ ਵਾਰੀ।